ਗੁਰਪ੍ਰਜਨ ਗिल्ਦੀ ਕਵਿਤਾ ਹੈ ਇਸ ਵਾਰੀ ਦੀ ਅਜਬ ਵਿਸਾਖੀ ਇਸ ਵਾਰੀ ਦੀ ਅਜਬ ਵਿਸਾਖੀ ਖੇਤਾਂ ਦੇ ਵਿੱਚ ਕਣਕ ਉਡੀਕੇ ਬੀਜਣ ਪਾਲ ਸੰਭਾਲਣ ਵਾਲੇ ਸਾਡੇ ਬੱਚੜੇ ਅਜੇ ਨਾ ਆਏ ਕਣਕ ਦੀਆਂ ਬਲੀਆਂ ਦੇ ਮੰਨ ਤੇ ਮਨਮਣ ਪੱਖਾ ਭਾਰ ਪਿਆ ਹੈ ਕਿਉਂ ਨਹੀਂ ਆਏ ਖੇਤਾਂ ਦੇ ਪੁੱਤ ਕਿੱਧਰ ਧੁਰ ਗਏ ਸ਼ਾਇਦ ਕਰਫਿਊ ਦਾ ਡਰ ਮਾਰੇ ਆ ਜਾਓ ਪੁੱਤਰੋ ਪਹਿਲੀ ਬੰਨੇ ਫੇਰਾ ਮਾਰੋ ਅੰਦਰ ਬੈ ਕੇ ਇੱਦਾਂ ਕਿੱਦਾਂ ਹੋਣ ਗੁਜ਼ਾਰੇ ਨਾ ਵੇ ਪੁੱਤਰੋ ਰੋਵੋ ਨਾ ਵੇ ਪੂੰਝੋ ਅੱਖੀਆਂ ਅਥਰੂ ਖਾਰੇ ਮੇਰੀ ਬੁੱਕਲ ਦੇ ਵਿੱਚ ਮੋਤੀ ਕਿੰਨੇ ਸਾਰੇ ਸੰਭੂਵੇ ਜੋ ਦਾਣੇ ਬੀਜੇ ਆਪ ਖਿਲਾਰੇ ਕੀ ਹੋਇਆ ਜੇ ਢੋਲ ਨਹੀਂ ਵੱਜਿਆ ਡਗਾ ਉਦਾਸ ਤਣਾਵਾਂ ਢਿੱਲੀਆਂ ਨਾ ਤੀਲੀ ਨੇ ਤਾਲ ਵਜਾਇਆ ਨਾ ਪੱਬਾਂ ਨੇ ਭੰਗੜਾ ਪਾਇਆ ਸਭ ਮੁਲਕਾਂ ਦਾ ਢੋਲ ਪਟਿਆ ਵੱਜਦਾ ਗੱਜਦਾ ਚੁੱਪ ਬੈਠਾ ਹੈ ਅੰਦਰੋਂ ਖਾਲੀ ਪੋਲ ਨਿਕਲਿਆ ਥੁੱਕੀ ਵੜੇ ਪਕਾਉਂਦੇ ਐਟਮ ਦੇ ਵੰਜਾਰੇ ਆਪੋ ਆਪਣੇ ਵਤਨੀ ਲਾਸ਼ਾਂ ਗਿਣਦੇ ਹਾਰੇ ਗੋਲ ਗਲੋਬ ਨੂੰ ਕੀ ਹੋਇਆ ਹੈ ਵਾਇਰਸ ਦੇ ਕਾਂਬੇ ਨੇ ਵੇਖੋ ਧਰਤ ਹਿਲਾਈ ਖਲਕਤ ਅੰਦਰੀ ਦਏ ਦੁਹਾਈ ਇਸ ਮੌਸਮ ਵਿੱਚ ਚੁੱਪ ਦਾ ਪੈਰਾ ਗਲੀਆਂ ਦੇ ਵਿੱਚ ਏਕਾਂ ਸੁੱਤੀਆਂ ਸੱਦਾਂ ਹੋਈਆਂ ਨਹੀਂ ਆਦਮੂਈਆਂ ਕੁੱਲ ਧਰਤੀ ਤੇ ਕਹਿਰ ਕਰੋਨਾ ਸੋਗ ਪਿਆ ਹੈ ਅੱਜ ਨਹੀਂ ਕੱਲ ਟਲ ਜਾਏਗਾ ਆਸ ਉਮੀਦਾਂ ਤੇ ਜੱਗ ਜੀਂਦਾ ਮਾਰਦ ਮਾਮੇ ਜੱਟ ਕਿਵੇਂ ਖੇਤਾਂ ਵੱਲ ਜਾਏ ਬੇਵਿਸ਼ਵਾਸੀ ਸਹਿਮ ਨੇ ਦਰਤੇ ਨਾਕੇ ਲਾਏ ਸੋਨਾ ਆਪਣੇ ਖੇਤਾਂ ਚੋਂ ਕਿੰਜ ਹੁੰਜਣ ਜਾਏ ਇਸ ਵਾਰੀ ਇਹ ਕੈਸੀ ਵੱਡੀ ਫਸਲਾਂ ਦੀ ਥਾਂ ਸੱਥਰ ਵੰਗ ਨਸਲਾਂ ਵਿਚੀਆਂ ਸਿਵਿਆਂ ਦੀ ਵੀ ਲਾਮ ਡੋਰ ਹੈ ਕਬਰਾਂ ਧਰਤੀ ਨਿੱਕੀ ਕੀਤੀ ਹੇ ਕਾਂ ਤਾਂ ਵਿਰਲਾਪ ਗੂੰਜਦੇ ਸਦੀ ਬਾਦ ਹੁਣ ਜਲਿਆਂ ਵਾਲਾ ਚੇਤੇ ਆਇਆ ਗੋਰੇ ਮੌਤ ਕ ਲੈਣੀ ਤੰਦਵ ਜਦ ਸੀ ਕੋਜਾ ਨਾਚ ਨਚਾਇਆ ਉਹੀ ਮੌਸਮ ਫੇਰ ਕਿਉਂ ਆਇਆ ਬੰਬ ਬੰਦੂਕਾਂ ਨਾ ਕੋਈ ਗੋਲੀ ਖੇਡੇ ਮੌਤ ਖੁੰਦੀ ਹੋਲੀ ਮੈਂ ਕਿਸ ਦੁਸ਼ਮਨ ਨਾਲ ਲੜਾਂ ਹੁਣ ਬੇਬਸਾਂ ਮੈਂ ਬੇਹਥਿਆਰਾ ਏ ਵਿਗਿਆਨ ਤੂੰ ਕਰ ਕੋਈ ਚਾਰਾ ਬਿਨ ਤੇਰੇ ਨਾਂ ਕੋਈ ਸਹਾਰਾ ਦਹਿਸ਼ਤ ਵੈਸ਼ਤ ਸੂਲੀ ਟੰਗਦੀ ਚੜੇ ਵਿਸਾਖ ਕਣਕ ਦੇ ਚਿਹਰੇ ਲਾਲੀ ਤੇ ਹਰੀਆਲੀ ਰੰਗਦੀ ਸਾਰੀ ਦੁਨੀਆ ਮਾਨਕ ਮੋਤੀ ਬੋਲਾਂ ਖਾਤਰ ਕਰ ਅਰਦਾਸਾਂ ਦਿਨੇ ਰਾਤ ਸੁਖ ਸਭ ਦੀ ਮੰਗਦੀ ਦਿਨੇ ਰਾਤ ਸੁਖ ਸਭ ਦੀ ਮੰਗਦੀ ਧੰਨਵਾਦ